ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਐਡਾ ਟੀਵੀ ਦੇਖ ਰਹੇ ਸਾਰੇ ਹੀ ਸਰੋਤਨ ਜੀ ਐਨ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਸੋ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ 31 ਦਸੰਬਰ ਤੋਂ ਪਹਿਲਾਂ ਕਰ ਲਵੋ ਇਹ ਕੰਮ ਨਹੀਂ ਤਾਂ ਹਾਈਵੇ ਤੇ ਗੱਡੀ ਚਲਾਉਣ ਲੱਗਿਆਂ ਆਵੇਗੀ ਦਿੱਕਤ ਨਵੇਂ ਸਾਲ ਵਿੱਚ 1 ਜਨਵਰੀ ਤੋਂ ਸਾਰੀਆਂ ਗੱਡੀਆਂ ਤੇ ਫਾਸਟ ਟੈਗ ਲਗਾਉਣਾ ਜ਼ਰੂਰੀ ਹੋ ਗਿਆ ਤੇ ਹੁਣ ਹਾਈਵੇ ਤੇ ਤੁਹਾਨੂੰ ਟੋਲ ਦੇਣ ਲਈ ਲੰਮੀਆਂ-ਲੰਮੀਆਂ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ ਹੈ ਫਾਸਟ ਟੈਗ ਦੇ ਜ਼ਰੀਏ। ਹੀ ਹੁਣ ਹਾਈਵੇ ਤੇ ਟੋਲ ਕੱਟਿਆ ਜਾਵੇਗਾ ਤੇ ਇਸ ਵਕਤ ਸਿਰਫ 80 ਫੀਸ ਦੀ ਬਾਨਾਂ ਤੋਂ ਹੀ ਫਾਸਟ ਟੈਗ ਦੇ ਜ਼ਰੀਏ ਟੋਲ ਬਸੂਲੀ ਕੀਤਾ ਜਾ ਰਿਹਾ ਤੇ ਹੁਣ ਜਨਵਰੀ 1 ਤੋਂ ਬਾਅਦ ਕੁੱਲ 100 ਬਾਨਾਂ ਤੋਂ ਫਾਸਟ ਟੈਗ ਦੇ ਜ਼ਰੀਏ ਟੂਲ ਬਸੂਲ ਕੀਤਾ ਜਾਵੇਗਾ ਤੇ ਦੱਸਦੇ ਹਾਂ ਕਿ ਸਰਕਾਰ ਹਰ ਦਿਨ 93 ਕਰੋੜ ਰੁਪਏ ਟੂਲ ਬਸੂਲ ਕਰ ਰਹੀ ਹੈ ਤੇ ਇਹ ਰਕਮ ਨੂੰ ਸਰਕਾਰ 100 ਕਰੋੜ ਤੱਕ ਪਹੁੰਚਾਉਣਾ ਚਾਹੁੰਦੀ ਹੈ ਤੇ ਫਾਸਟੈਗ ਲਾਜ਼ਮੀ ਕਰ ਦਿੱਤਾ ਗਿਆ ਹੈ ਜੋ ਕਿ 31 ਦਸੰਬਰ ਤੱਕ ਲਗਵਾਉਣਾ ਬੇਹਦ ਹੀ ਜ਼ਰੂਰੀ ਹੋਵੇਗਾ ਸੋ ਅਗਲੀ ਵੱਡੀ ਖਬਰ ਹੈ ਜੀ ਪੰਜਾਬ ਕੈਬਨਟ ਵੱਲੋਂ ਪ੍ਰਵਾਸੀ ਮਜ਼ਦੂਰ ਨਿਜਮ ਵਿੱਚ ਸੂਧ ਹੋਰ ਲਏ ਗਏ ਵੱਡੇ ਫੈਸਲੇ ਸੂਬੇ ਵਿੱਚ ਕਾਰੋਬਾਰ ਕਰਨ ਵਿੱਚ ਸੌਖ ਨੂੰ ਹੋਰ ਬਿਹਤਰ ਬਣਾਉਣ ਅਤੇ ਜੀਐਸਡੀਪੀ ਦਾ 2% ਦੀ ਵਾਧੂ ਉਧਾਰ ਲੈਣ ਲਈ ਕੇਂਦਰ ਸਰਕਾਰ ਵੱਲੋਂ ਲਗਾਈ ਸ਼ਰਤ ਨੂੰ ਪੂਰਾ ਕਰਨ ਲਈ ਪੰਜਾਬ ਬਜਾਰਤ ਨੇ ਬੁੱਧਵਾਰ ਨੂੰ ਅੰਤਰਰਾਜੀ ਪ੍ਰਵਾਸੀ ਕਾਮੇ ਪੰਜਾਬ ਨਿਜਮ 1983 ਦੇ ਨਿਜਮ 14 ਵਿੱਚ ਸੋਧ ਕਰਨ ਅਤੇ ਨਵਾਂ ਨਿਜਮ 753ਏ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਅਤੇ ਵੱਖ-ਵੱਖ ਮੰਚਾਂ ਦੇ ਅਧਿయోగਪਤਿਆਂ ਵੱਲੋਂ 28 ਮੰਗ ਨੂੰ ਸਵੀਕਾਰ ਕਰਦਿਆਂ ਮੁੱਖ ਮੰਤਰੀ ਨੇ ਕੈਬਨਟ ਤੇ ਅੰਤਰਰਾਜੀ ਪ੍ਰਵਾਸੀ ਕਾਮੇ ਪੰਜਾਬ ਨਿਯਮ 1993 ਵਿੱਚ ਨਵਾਂ ਨਿਯਮ 53ਏ ਸ਼ਾਮਲ ਕਰਕੇ ਫੈਸਲਾ ਕਰਕੇ ਉਦਯੋਗਾਂ ਦੇ ਪਾਰਨਾ ਕਰਨ ਦੇ ਬੋਝ ਨੂੰ ਘਟਾਉਣ ਲਈ ਇਲੈਕਟ੍ਰੋਨਿਕ ਡਿਜੀਟਲ ਫਾਰਮੈਂਟ ਅਤੇ ਵੈਚਰ ਰਜਿਸਟਰਾਂ ਨੂੰ ਬਣਾਈ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਅਤੇ ਇਹ ਨਿਵੇਸ਼ ਪੱਕੇ ਪਹਿਲ ਕਦਮੀ ਰਿਕਾਰਡ ਦੇ ਡਿਜੀਟਾਈਜੇਸ਼ਨ ਨੂੰ ਹੁਲਾਰਾ ਦੇਣ ਦੇ ਦੀ ਪਾਰਦਰਸ਼ਤਾ ਤੇ ਰਿਕਾਰਡ ਤੱਕ ਸੁਖਾਲੀ ਪਹੁੰਚਾਉਣ ਲਈ ਮਦਦ ਕਰੇਗਾ ਤੇ ਜਸਨਾ ਨਾ ਸਿਰਫ ਭਾਰਤ ਸਰਕਾਰ ਦੀਆਂ ਜ਼ਰੂਰਤਾਂ ਵੀ ਪੂਰਨਾ ਹੋਵੇਗੀ ਬਲਕਿ ਸੂਬੇ ਦੇ ਵਾਤਾਵਰਣ ਪੱਖੀ ਮਾਹੌਲ ਰਹੇ ਵੱਡੇ ਨਿਵੇਸ਼ਕਾਂ ਨੂੰ ਵੀ ਖਿੱਚੇਗੀ ਅਗਲੀ ਵੱਡੀ ਖਬਰ ਆ ਰਹੀ ਜੀ ਅਨਮੋਲ ਗਗਰਮਾਨ ਨੇ ਕੱਢੇ ਪੰਜਾਬ ਆਉਣ ਲਈ ਤਰਲੋ ਮੱਛੀ ਹੋ ਰਹੇ ਭਾਜਪਾ ਪ੍ਰਧਾਨ ਜੇਪੀ ਨੱਠਾ ਦੇ ਬਰੰਟ ਪੰਜਾਬੀ ਗਾਇਕਾ ਤੇ ਆਮ ਆਦਮੀ ਪਾਰਟੀ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਰਮਾਨ ਯੂਥ ਪ੍ਰਧਾਨ ਤੇ ਵਿਦਾਇਕ ਮੀਤ ਹੇਅਰ ਨਾਲ ਪੱਤਰਕਾਰਾਂ ਦੇ ਰੂਬਰੂ ਹੋਈ ਅਤੇ ਭਾਜਪਾ ਦੇ ਪ੍ਰਧਾਨ ਜੇਪੀ ਨੱਠਾ ਤੇ ਤਿੱਖੇ ਬਾਰ ਕੀਤੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਆਉਣ ਲਈ ਤਰਲੋ ਮੱਛੀ ਹੋ ਰਹੇ ਜੇਪੀ ਨੱਠਾ ਪੰਜਾਬ ਲਈ ਪਤਾ ਨਹੀਂ ਕੀ ਹੈ ਜਿਹਹਾ ਤੂਫਾ ਲੈ ਕੇ ਆਉਣ ਵਾਲੇ ਹਨ ਅਨਮੋਲ ਗਗਰਵਾਨ ਨੇ ਕਿਹਾ ਹੈ ਕਿ ਜਦੋਂ ਜੇਪੀ ਨੱਠਾ ਪੰਜਾਬ ਦਾ ਪਹਿਲਾ ਦਰਵਾਜ਼ਾ ਖੋਲਣਗੇ ਤਾਂ ਉਹਨਾਂ ਨੂੰ ਇੱਕ ਬਾਪ ਦੇ ਮੋਢਿਆਂ ਤੇ ਲੱਦੀ ਇੱਕ ਜਵਾਨ ਪੁੱਤ ਦੀ Laash ਮਿਲੇਗੀ ਤੇ ਜ਼ਹਿ ਦੀ ਮਾਂ ਪੁੱਬਾ ਮਾਰੀ ਹੋਵੇ ਕਿਤੇ ਫਿਰ ਜਦੋਂ ਦੂਜਾ ਦਰਵਾਜ਼ਾ ਖੋਲਣਗੇ ਤਾਂ ਉਹਨਾਂ ਨੂੰ ਸੰਗਰੂਰ ਬਹਿ। ਜ਼ਹਿਰ ਤੱਕ ਗੋਲੀਆਂ ਖਾ ਕੇ ਮਰੇ ਪਤੀ ਪਤਨੀ ਦੀਆਂ ਲਾਚਾਂ ਮਿਲਣਗੀਆਂ ਤੇ ਉਹਨਾਂ ਦੇ ਬਾਰਸ ਹੋ ਚੁੱਕੇ। ਪੁੱਤਾਂ ਦੀਆਂ ਅੱਖਾਂ ਵਿੱਚ ਦਰਦ ਮਿਲੇਗਾ ਫਿਰ ਜਦੋਂ ਤੀਜਾ ਗੇਟ ਖੋਲਣਗੇ ਤਾਂ ਉਹਨਾਂ ਨੂੰ ਬਜ਼ੁਰਗ ਜਾਂ ਮਾਂ ਬਾਪ ਮਿਲਣਗੇ ਜਿਨ੍ਹਾਂ ਦੇ ਬੱਚੇ ਵਿਦੇਸ਼ ਚਲੇ ਗਏ ਹਨ ਕਿਉਂਕਿ ਧਰਤੀ ਪੰਜਾਬ ਦੇ ਤੇ ਰੋਜ਼ਗਾਰ ਨਹੀਂ ਰਿਹਾ ਤੇ ਇਸ ਦੇ ਬਾਅਦ ਉਹਨਾਂ ਨੇ ਕਹਿ ਕੇ ਜੀਪੀ ਨੱਟਾ ਪੰਜਾਬ ਦੇ ਬੱਚੇ ਬੱਚੇ ਵੱਲੋਂ ਕੀਤਾ ਜਾ ਰਿਹਾ ਕਿਸਾਨੀ ਅੰਦੋਲਨ ਵੇਖਣਾ ਤੇ ਉਹਨਾਂ ਦੇ ਅੰਦਰਲਾ ਭਗਤ ਸਿੰਘ ਵੇਖਣਾ ਤੇ ਇਹ ਸਭ ਅੱਖੀਂ ਡੱਠਾ ਮੰਜ਼ਰ ਜਾ ਕੇ ਉਹ ਮੁੱਦੇ ਨੂੰ ਦੱਸਣ ਕਿ ਪੰਜਾਬ ਦੀ ਧਰਤੀ ਤੇ ਕੀ ਕੁਝ ਹੋ ਰਿਹਾ ਹੈ ਤੇ ਕਿਉਂ ਪੰਜਾਬ ਹੁਣ ਗੁਲਾਮ ਬਣ ਚੁੱਕਿਆ ਹੈ ਤੇ ਇਹ ਜਿਹੜੇ ਕਿ ਤਿੰਨ ਖੇਤੀ ਬੈਲਾ ਇਹ ਬੀਹਾ ਦਾ ਵਾਪਸ ਹੀ ਮੂੜਨੇ ਪੈਣਗੇ ਇਹ ਜਿਹੜੀ ਕਿ ਲਲਕਾਰ ਮਾਰੀ ਉਹਨਾਂ ਨੇ ਭਾਜਪਾ ਨੂੰ ਤੇ ਤੇਖੇ ਬਾਰ ਵੀ ਕੀਤੇ ਹਨ ਜੇਪੀ ਨੱਠਾ ਤੇ ਅਗਲੀ ਵੱਡੀ ਖਬਰ ਹੈ ਜੀ ਜਗ ਜਹਰ ਹੋਣ ਲੱਗੇ ਭਾਇ ਭਾ ਦੇ ਇਰਾਦੇ ਮਿਸ਼ਨ 2022 ਤਹਿਤ ਕਿਸਾਨੀ ਸੰਘਾਰਚ ਨੂੰ ਉਲਝਾਉਣ ਦੇ ਸੰਕੇਤ ਖੇਤੀ ਕਾਨੂੰਨਾਂ ਖਿਲਾਫ ਸੰਘਾਰਚ ਲਗਾਤਾਰ ਜਾਰੀ ਹੈ ਤੇ ਕੇਂਦਰ ਨਾਲ ਦੋ ਮੀਟਿੰਗਾਂ ਬੇਸਟਾ ਰਹੇਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਗੇਰੀ ਰਣਨੀਤੀ ਤਹਿਤ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਬਚਨ ਤੇ ਦੂਜੇ ਪਾਸੇ ਮਿਸ਼ਨ 2022 ਤਹਿਤ ਵਿਚਾਰ ਵਟਾਂਦਰਾ ਕਰ ਰਹੀਆਂ ਸਿਆਸੀ ਪਾਰਟੀਆਂ ਨਿੱਜੀ ਨਫੇ ਨੁਕਸਾਨਾ ਤਹਿਤ ਆਪੋ ਆਪਣੀਆਂ ਗਤੀਵਿਧੀਆਂ ਚਲਾਰੀਆਂ ਜਾਂਦ ਕੇ ਭਾਏ ਭਾਰੇ ਤੇਰ ਕੁਝ ਹੋਰ ਵਿਖਾਈ ਦੇ ਰਹੇ ਹਨ ਭਾਏ ਪਾ ਦਾ ਹੁਣ ਇੱਕ ਹੋਰ ਰਬਈਆ ਕਿਸਾਨੀ ਚੰਗਾਰ ਚੋਂ ਲੁਮੇਰਾ ਖੇਚਣ ਵਾਲਾ ਹੈ ਕਿਸਾਨ ਜੱਤੇ ਬੰਗਿਆਂ ਨਾਲ ਹੋਈ ਪਹਿਲੀ ਮੀਟਿੰਗ ਆਫਸਰ ਸਾਹਿਬ ਦੀ ਪੇਂਟ ਚੜ ਗਈ ਜਾਂਦ ਕੇ ਦੂਜੀ ਮੀਟਿੰਗ ਇੱਕ ਦੂਜੇ ਨਾਲ ਪੱਖ ਜਾਣਨ ਅਤੇ ਚਾਹ ਨਾਸ਼ਤਾ ਕਰਨ ਵਿੱਚ ਹੀ ਲੰਘ ਗਈ ਅਤੇ ਹੁਣ ਅਗਲੀ ਮਿਲਣੀ ਲਈ ਨਾ ਹਜੇ ਤੱਕ ਕੋਈ ਮਾਹੌਲ ਬੰਦਾ ਵਿਖਾਈ ਦੇ ਰਿਹਾ ਤੇ ਨਾ ਹੀ ਸਰਕਾਰ ਵੱਲੋਂ ਕੀ ਹੈਲਚਲ ਦਿਖਾਈ ਦੇ ਰਿਹਾ ਤੇ ਦੂਜੇ ਪਾਸੇ ਕੇਂਦਰ ਵੱਲੋਂ ਕੀਤੀ ਗਈ ਰੇਲ ਵੰਦੀ ਪੰਜਾਬ ਨੂੰ ਕੰਗਾਲੀ ਦੀ ਕੰਗਾਰਪਾਲ ਜਾ ਰਹੀ ਹੈ ਤੇ ਥਰਮ ਪਲਾਂਟਾਂ ਵਿੱਚੋਂ ਕੋਲਾ ਖਤਮ ਹੋਣ ਕਾਰਨ ਲੰਬੇ-ਲੰਬੇ ਕਟ ਲੱਗ ਰਹੇ ਹਨ ਤੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਅਦਾਰੇ ਕਿਸਾਨੀ ਸੰਘਰਸ਼ ਕਾਰਨ ਬੰਦ ਹਨ ਜਦਕਿ ਬਚੇ ਅਦਾਰੇ ਰੇਲ ਬੰਦੀ ਕਾਰਨ ਐਨ ਅਲਾਨੀ ਬੰਦੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ ਇਹ ਜਿਹੜਾ ਕਿ ਲੰਬਾ ਸੰਘਰਸ਼ ਕੇਂਦਰ ਵੱਲੋਂ ਹੁਣ ਖਿੱਚਿਆ ਜਾ ਰਿਹਾ ਹੈ ਸਾਲ 2022 ਨੂੰ ਮੱਦੇ ਨਜ਼ਰ ਰੱਖਦੇ ਹੋਏ ਅਗਲੀ ਵੱਡੀ ਖਬਰ ਆ ਰਹੀ ਜੀ ਵਿਧਾਇਕ ਬੈਂਸ ਨੂੰ ਬਲਾਤਕਾਰ ਦੀ ਦੱਸਣ ਵਾਲੀ ਔਰਤ ਨੇ ਮੀਡੀਆ ਸਾਹਮਣੇ ਕੀਤੇ ਫਿਰ ਵੱਡੇ ਖੁਲਾਸੇ ਲੁਧਿਆਣਾ ਵਿਖੇ ਆਤਮ ਨਗਰ ਤੋਂ ਵਿਧਾਇਕ ਸਿਮਰੰਜ ਸਿੰਘ ਬੈਂਸ ਤੇ ਜਬਰ ਜਨਾਹ ਤੇ ਗੰਭੀਰ ਦੋਸ਼ ਲਾਉਣ ਵਾਲੀ ਔਰਤ ਨੇ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਖੁਲਾਸੇ ਕੀਤੇ ਹਨ ਗੁਰਦੀਪ ਕੋਰ ਨੇ ਦੱਸਿਆ ਕਿ ਵਿਧਾਇਕ ਦਾ ਭਰਾ ਨੇ ਪੁਲਿਸ ਕਮਿਸ਼ਨਰ ਕੋਲ ਜਾਣ ਤੋਂ ਇੱਕ ਦਿਨ ਪਹਿਲਾਂ ਲਗਾਤਾਰ ਉਹਨਾਂ ਨੂੰ 10-15 ਫੋਨ ਕੀਤੇ ਜਾਣ ਤੋਂ ਪਹਿਲਾਂ ਭਰਾ ਦੇ ਬਾਹਰ ਪਹੁੰਚ ਗਿਆ ਤੇ ਮੈਨ ਨੂੰ ਬੁਲਾਇਆ ਤੇ ਪ੍ਰਾਪਰਟੀ ਡੀਲਰ ਤੋਂ ਪੈਸੇ ਦਿਵਾਉਣ ਲਈ ਜਦੋਂ ਉਹ ਉਸ ਨੂੰ ਫੋਨ ਕਰਦੀ ਸੀ ਤਾਂ ਉਹ ਪੈਸੇ ਲੈਣ ਬਾਅਦ ਤੇ ਰਾਤ ਨੂੰ ਹੀ ਬੁਲਾਉਂਦਾ ਸੀ ਤੇ ਉਹ ਉਸ ਵੇਲੇ ਉਸ ਕੋਲ ਤਿੰਨ ਚਾਰ ਬੰਦੇ ਸ਼ਰਾਬ ਪੀ ਰਹੇ ਹੁੰਦੇ ਸਨ ਤੇ ਉਸ ਦੇ ਕਹਿ ਕੇ 10-12 ਵਾਰ ਮਿਲਿਆ ਹ ਤੇ ਉਹ ਰਾਤ 10 ਵਜੇ ਵਾਪਸ ਆਉਂਦੀ ਸੀ ਤੇ ਉਹਨਾਂ ਨੇ ਦੱਸਿਆ ਕਿ ਬੈਂਸ ਪਹਿਲਾਂ ਵੀ ਉਸ ਨੂੰ ਕਈ ਵਾਰ ਵੀਡੀਓ ਕਾਲ ਕੀਤੀਆਂ ਤੇ ਉਸ ਨੇ ਬਹੁਤ ਡਿਲੀਟ ਕੀਤੀਆਂ ਹਨ ਜੇ ਉਸ ਤੋਂ ਬਾਅਦ ਫਿਰ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਪਰੇਸ਼ਾਨ ਹੋ ਕੇ ਭਾਬੀ ਦੇ ਪੁੱਤਰ ਨੂੰ ਬੁਲਾ ਕੇ ਗਲਤ ਕੰਮ ਕੀਤਾ ਜੇ ਉਸ ਤੋਂ ਬਾਅਦ ਪਰੇਸ਼ਾਨ ਹੋ ਗਈ ਤੇ ਉਸ ਤੋਂ ਬਾਅਦ ਹੀ ਉਹਨੇ ਵੱਡੀਆਂ ਕਿ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਅਗਲੀ ਵੱਡੀ ਖਬਰ ਆ ਰਹੀ ਜੀ ਕੈਪਟਨ ਪਾਕਿਸਤਾਨਾ ਦੇ ਫੈਸਲੇ ਤੋਂ ਨਿਰਾਸ਼ ਕਿਹਾ ਅੜੀਅਲ ਰਵੱਈਆ ਕਿਸਾਨ ਛੱਡਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਕਿਸਾਨ ਜੁਨੇ ਨੂੰ ਰੇਲਵੇ ਟ੍ਰੈਕ ਖਾਲੀ ਕਰਨ ਦਾ ਸਧਾਰਨਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਰੇਲ ਰੋਕ ਨੂੰ ਅਧੂਰਨ ਪੰਜਾਬ ਵਿੱਚ ਪਿਛਲੇ ਡੇਢ ਮਹੀਨੇ ਤੋਂ ਟ੍ਰੇਨਾਂ ਬੰਦ ਹਨ ਤੇ ਜਿਸ ਨਾਲ ਭਾਰੀ ਮੁਸ਼ਕਲ ਅਤੇ ਕਈ ਚੀਜ਼ਾਂ ਨਿਕਾਟ ਪੈਦਾ ਹੋ ਗਈ ਹੈ ਤੇ ਕੈਪਟਨ ਨੇ ਕਿਸਾਨਾਂ ਨੂੰ ਅੜਿਆ ਰਵਈਆ ਛੱਡਣ ਲਈ ਕਿਹਾ ਹੈ ਤੇ ਕਿਸਾਨ ਯੂਨੀਅਨ ਵੱਲੋਂ ਵੱਧ ਤੋਂ ਵੱਧ ਵਾਰ ਨੂੰ ਮੀਟਿੰਗ ਦੌਰਾਨ ਲੈ ਕੇ ਫੈਸਲੇ ਦੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਸੀ ਕਿ ਕਿਸਾਨ ਪੰਜਾਬ ਦੇ ਹਿੱਤ ਵਿੱਚ ਆਪਣੀ ਨਿਰਵਿਘਨ ਪਹੁੰਚ ਤੋਂ ਪਿਛੇ ਹਟਣਗੇ ਮੌਕਮਾਂਤਰੀ ਕਿ ਕਿਸਾਨ ਜੱਥੇਬੰਦੀਆਂ ਨੂੰ ਇਹ ਸਮਝਣਾ ਪਵੇਗਾ ਕਿ ਉਹਨਾਂ ਦੀ ਨਿਰੰਤਰ ਨਾਕਾਬੰਦੀ ਨੇ ਪੰਜਾਬ ਲਈ ਆਮ ਕੰਮਕਾਜ ਤੇ ਰੋਕ ਲਗਾ ਦਿੱਤੀ ਹੈ ਜੋ ਕਿ ਮਹਾਮਾਰੀ ਕਾਰਨ ਪਹਿਲਾਂ ਹੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਅਗਲੀ ਵੱਡੀ ਖਬਰ ਹੈ ਜੀ ਕਿਸਾਨਾਂ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਆਏ ਤਿੰਨ ਮੰਤਰੀਆਂ ਨੂੰ ਪੁੱਠੇ ਪੈਰੀ ਤੁਰਿਆ ਵਾਪਸ। ਕਿਸਾਨ ਭਵਨ ਵਿੱਚ ਪੰਜਾਬ ਦੀਆਂ 30 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਚੱਲ ਰਹੀ ਹੈ ਜਿਸ ਵਿੱਚ ਕਿਸਾਨਾਂ ਵੱਲੋਂ ਅਗਲੀ ਰਣਨੀਤਿਕ ਤਹਿਤ ਇਤਿਹਾਬੀ ਕਿ ਇਸ ਬੱਚੇ ਸ਼ਾਮਲ ਹੋਣ ਲਈ ਪੰਜਾਬ ਦੇ ਤਿੰਨ ਮੰਤਰੀ ਆਏ ਸਨ ਤੇ ਪਰ ਕਿਸਾਨਾਂ ਨੇ ਨਾ ਤਿੰਨਾਂ ਹੀ ਮੰਤਰੀਆਂ ਤ੍ਰਿਪਤਰ ਰਜਿੰਦਰ ਬਾਜਵਾ ਸੁਖਵਿੰਦਰ ਸਿੰਘ ਸਰਕਾਰੀਆ ਤੇ ਸੁਖਵਿੰਦਰ ਸਿੰਘ ਰੰਧਾਵਾ ਤੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਦੇ ਸਲਾਹਕਾਰ ਸੰਦੀਪ ਸੰਦੂ ਸਮੇਤ ਦੋ ਵਿਧਾਇਕ ਵਾਪਸ ਭੇਜ ਦਿੱਤੇ ਕਿਸਾਨਾਂ ਨੇ ਦੱਸਿਆ ਹੈ ਕਿ ਕਿਉਂਕਿ ਕਿਸਾਨਾਂ ਨੇ ਇਹ ਸਬੰਧੀ ਪਹਿਲਾਂ ਖੁਦ ਮੀਟਿੰਗ ਕਰਨੀ ਜੇਸ ਤੋਂ ਬਾਅਦ ਹੀ ਮੰਤਰੀਆਂ ਨੂੰ ਸ਼ਾਮਲ ਕਰਨਾ ਸੀ ਉਹਨਾਂ ਨੂੰ 12 ਵਜੇ ਤੋਂ ਬਾਅਦ ਬੁਲਾਇਆ ਸੀ ਪਰ ਉਹ ਪਹਿਲਾਂ ਹੀ ਆ ਕੇ ਜਿਹੜੇ ਚੱਲਦੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਅਗਲੀ ਵੱਡੀ ਖਬਰ ਆ ਰਹੀ ਜੇ ਕਿ ਇਹਨਾਂ ਸਰਕਾਰ ਦੇ ਫੈਸਲੇ ਖਿਲਾਫ ਸ਼ਿਕਾਇਤ ਸਰਕਾਰ ਅਗਲੀ ਵੱਡੀ ਖਬਰ ਹੈ ਜੀ ਕਿ ਇਹਨਾਂ ਸਰਕਾਰ ਦੇ ਫੈਸਲੇ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ ਕਿ ਇਹਨਾਂ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਇੱਕ ਵਾਰ ਫਿਰ ਸਾਫ਼ ਆਖਿਆ ਹੈ ਕਿ ਜਦੋਂ ਤੱਕ ਕੀ ਨਾ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਉਰੂ ਤੱਕ ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹਟਣਗੇ ਤੇ ਰੇਲਵੇ ਲਾਈਨਾਂ ਤੇ ਚੱਲ ਰਹੇ ਕਿਸਾਨ ਆਗੂਆਂ ਦੇ ਧਰਨੇ ਪਹਿਲਾਂ ਹੀ ਕਿਨ ਸਰਕਾਰ ਨੂੰ ਜਿਹੜਾ ਕਿ ਪਹਿਲ ਕਦਮੀ ਕਰਨੀ ਚਾਹੀਦਾ ਕਿਉਂਕਿ ਇਹ ਰੇਲਵੇ ਲਾਈਨਾਂ ਖਾਲੀ ਹਨ ਅਤੇ ਇਸ ਵਿੱਚ ਮਾਲਗਟੀਆਂ ਨੂੰ ਮਨਜ਼ੂਰੀ ਦਿੱਤੀ ਗਈ ਪਰ ਅਸੀਂ ਯਾਤਰੀ ਟ੍ਰੇਨਾਂ ਨਹੀਂ ਚਲਾਉਣ ਦੇਵਾਂਗੇ ਤੇ ਪੰਜਾਬ ਸਰਕਾਰ ਨਾਲ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਗੂਆਂ ਨੇ ਕਿਹਾ ਕਿ 26 ਅਤੇ 27 ਤਰੀਕ ਨੂੰ ਉਹਨਾਂ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਤੇ ਪੰਜਾਬ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਕੂਚ ਕਰਨਗੇ ਦਿੱਲੀ ਵੱਲ ਕਿਸਾਨਾਂ ਗੋਣਾਂ ਆਖਿਆ ਕਿ ਹਰਿਆਣਾ ਸਰਕਾਰ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਉਹਨਾਂ ਦੀ ਲੜਾਈ ਸਿਰਫ ਕੇਨ ਸਰਕਾਰ ਨੂੰ ਲਿਹਾਜ਼ਾ ਹਰਿਆਣਾ ਸਰਕਾਰ ਨੂੰ ਉਹਨਾਂ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਤੇ ਉਹ ਇਸ ਦੇ ਨਾਲ ਹੀ ਕਿਸਾਨਾਂ ਗੋਣੇ ਆਖਿਆ ਹੈ ਕਿ ਦਿੱਲੀ ਸਰਕਾਰ ਕਰੋਨਾ ਦਾ ਪ੍ਰਕੋਪ ਆਖ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰੀ ਹੈ ਤੇ ਪਰ ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹਟਣਗੇ ਤੇ ਉਹਨਾਂ ਨੇ ਕਿਹਾ ਕਿ ਭਾਵੇਂ ਦਿੱਲੀ ਸਰਕਾਰ ਮਜਬੂਤ ਮੰਜੂਰੀ ਦੇਵੇ ਭਾਵੇਂ ਨਾ ਦੇਵੇ ਉਹ ਦਿੱਲੀ ਵਿੱਚ ਪਰਦਾਚਨ ਕਰਦੇ ਰਹਿਣਗੇ ਅਗਲੀ ਵੱਡੀ ਖਬਰ ਹੈ ਜੀ ਕਰੋਨਾ ਦੇ ਮੋੜ ਵੱਧ ਰਹੇ ਪ੍ਰਕੋਪ ਦੇ ਚੱਲਦਿਆਂ ਮੋੜ ਸਖਤੀ ਕਰੇਗੀ ਪੰਜਾਬ ਪੁਲਿਸ ਕੋਵਿਡ-19 ਦਾ ਪ੍ਰਕੋਪ ਮੋੜ ਬਦੰਦੇ ਖਾਸੇ ਨੂੰ ਧਿਆਨ ਵਿੱਚ ਰੱਖਦੇ ਪੰਜਾਬ ਪੁਲਿਸ ਨੇ ਹਦਾਇਤਾਂ ਨਹੀਂ ਪਾਰਣਾ ਨਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦਾ ਮਨ ਬਣਾਇਆ ਹੈ ਤੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗੈਲ ਨੇ ਦੱਸਿਆ ਹੈ ਕਿ ਮੋਗਾ ਦੇ ਕਿ ਪੰਜਾਬ ਪੁਲਿਸ ਵੱਲੋਂ ਹੁਣ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਜੋ ਲੋਕ ਮਾਸਕ ਨਹੀਂ ਪਾਉਂਦੇ ਸਮਾਜਿਕ ਦੂਰੀ ਨਹੀਂ ਰੱਖਦੇ ਇਕੱਠਾਂ ਸੰਬੰਧੀ ਹਦਾਇਤਾਂ ਨਹੀਂ ਪਾਲਣਾ ਨਹੀਂ ਕਰਦੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਬੰਦ ਕੀਤੀ ਜਾਵੇਗੀ। ਅਗਲੀ ਵੱਡੀ ਖਬਰ ਅਰਜੀ ਸੋਨੇ ਦੀ ਕੀਮਤਾਂ ਵਿੱਚ ਭਾਰੀ ਕਮੀ ਚੰਦੇ ਵੀ ਹੋਈ ਕਾਫੀ ਸਸਤੀ ਜਾਣੋ ਕੀ ਰਹਿ ਗਏ ਰੇਟ। ਰਾਸ਼ਟਰੀ ਰਾਜ ਤਨੇ ਦਿੱਲੀ ਵਿੱਚ ਬੁੱਧਵਾਰ ਨੂੰ ਸੋਨੇ ਦੀ ਕੀਮਤ 357 ਰੁਪਏ ਪ੍ਰਤੀ 10 ਗ੍ਰਾਮ ਦੀ ਕਮੀ ਦੇਖਣ ਨੂੰ ਮੀਡੀਆ ਜਸ ਵਿੱਚ 50253 ਰੁਪਏ ਪ੍ਰਤੀ 10 ਗ੍ਰਾਮ ਤੇ ਰਹਿ ਗਿਆ ਹਨ ਤੇ ਜਰ ਕੇ ਚਾਂਦੀ ਵਿੱਚ ਵੀ 532 ਰੁਪਏ ਦੀ ਗਰਾਵਟ ਦੇ ਨਾਲ 62639 ਰੁਪਏ ਪ੍ਰਤੀ ਕਿਲੋਗ੍ਰam ਤੇ ਰਹਿ ਗਿਆ ਹਨ ਸੋ ਦੋਸਤੋ ਇਹ ਸਨ ਹੁਣ ਤੱਕ ਦੀਆਂ ਪੰਜਾਬ ਭਾਤ ਦੀਆਂ ਤਾਇਤਰੀਆਂ ਵੱਡੀਆਂ ਖਬਰਾਂ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੇ ਤਾਂ ਕਿ ਵੱਡੀਆਂ ਖਬਰਾਂ ਦੀ ਜਾਣਕਾਰੀ ਹਰੇਕ ਕਰਕਰ ਤੱਕ ਪਹੁੰਚ ਸਕਣ ਧੰਨਵਾਦ